ਪਾਸ ਬੰਦੇ ਦੇ ਗਿਆ ਮੁੜਿਆ ਫਿਰਾ ਕੇ ਵੇਖ ਅਗਲਾ ਸਿਰਾ ਅਖੀਰ ਪੈਰਾਂ ਤੇ ਪਿਆ ਜਿਹੜੇ ਮਰੀਜ਼ ਨੇ ਪਰਹੇਜ ਨਹੀਂ ਕਰਨਾ ਉੱਥੇ ਦਵਾਈ ਦੇਣ ਦਾ ਕੀ ਫਾਇਦਾ? ਉਹ ਜਿਹੜੇ ਵਿਧਾਇਕ ਨੇ ਬਣ ਕੇ ਗਰੀਬ ਦੀ ਥਾਰ ਨਹੀਂ ਲੈਣੀ ਉਹਨੂੰ ਬਣਾਉਣ ਦਾ ਕੀ ਫਾਇਦਾ? ਜਿੱਥੇ ਮੈਂ ਹੋਰ ਦੂਜੀ ਗੱਲ ਕਰ ਲੱਗਾ, ਇਹ ਪਿੰਡ ਦੇ ਨੌਜਵਾਨ ਗੁਰਜਿੰਦਰ ਸਿੰਘ ਹਰਭਾਲ ਸਿੰਘ ਆ, ਜਿੰਨੇ 10-12 ਮੁੰਡੇ ਨੇ ਇਹਨਾਂ ਪਹਿਲਾਂ ਮੈਨੂੰ ਸਲਾਹ ਪੁੱਛੀ ਪਰ ਤਾਇਆ ਕੀ ਕਰਨਾ? ਸਾਡਾ ਬੱਚਾ ਇਹਨੂੰ ਚਲੋ ਪਾਰਟੀ ਹੁੰਦੀ ਜ਼ਰੂਰ, ਮੈਂ ਤੁਹਾਨੂੰ ਕਹਿ ਕੇ ਦੱਸ ਦਿੱਤਾ, ਪਰ ਜਿਹੜੇ ਵਿਧਾਇਕ ਨੇ ਕੰਮ ਨਹੀਂ ਕਰਨਾ ਉਹਨੂੰ ਬਣਾਉਣ ਦਾ ਕੀ ਫਾਇਦਾ? ਸੂਰੋਆ ਜੱਟਾਂ ਦਾ ਪਿੰਡ ਆ ਗਏ ਲੋ, ਉਹਨੂੰ ਬਹੁਤੀਆਂ ਗੱਲਾਂ ਪਤਾ ਨਹੀਂ, ਅੱਗੋਂ ਤੁਹਾਡੀ ਕਿਸਮਤ, ਤੁਹਾਨੂੰ 20,000 ਤੋਂ ਵੱਧ ਲੀਡਰਾਂ ਜਿਤਾਵਾਂਗੇ।